ਸਤਿ ਸ਼੍ਰੀ ਅਕਾਲ, ਮੈਂ ਹਰਜੀਤ ਆਪਣੀ ਰਸੋਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਸਰਦੀਆਂ ਸ਼ੁਰੂ ਹੋ ਗਈਆਂ ਨੇ ਅਤੇ ਇਸ ਸਮੇਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈ। ਅਤੇ ਚਲੋ ਅੱਜ ਅਸੀਂ ਵੀ ਬੜੇ ਹੀ ਆਸਾਨ ਤਰੀਕੇ ਨਾਲ ਅਤੇ ਬੜਾ ਹੀ ਸਵਾਦ ਸਰ੍ਹੋਂ ਦਾ ਸਾਗ ਬਣਾਉਂਦੇ ਹਾਂ। ਅਗਰ ਅਜੇ ਤੱਕ ਵੀ ਤੁਸੀਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਨਾਲ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਉ, ਜਿਹਦੇ ਨਾਲ ਮੇਰੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਇਆ ਕਰੇਗੀ। ਇਹ ਮੈਨੇ 1.25 ਕਿਲੋ ਸਾਗ ਲਿਆ ਹੈ। ਅੱਜ ਕੱਲ੍ਹ ਮਾਰਕੀਟ ਮੇਂ ਤਾਂ ਸਾਗ ਕੋ ਕਾਟ ਕਰ ਵੀ ਦੇ ਦੇਤੇ ਹੈ, ਅਗਰ ਆਪ ਕਟਵਾ ਕੇ ਲਾਉਣਾ ਚਾਹੇ ਤਾਂ ਵੈਸੇ ਲਾ ਸਕਤੇ ਹੈ ਜਾਂ ਖੁਦ ਵੀ ਕਾਟ ਸਕਤੇ ਹੈ, ਪਰ ਇਸਕਾ ਰੈਸ਼ੋ ਕਾ ਧਿਆਨ ਰੱਖਣਾ ਹੈ। 200 ਗ੍ਰਾਮ ਬਾਥੂ ਲੈਣਾ ਹੈ, 400 ਗ੍ਰਾਮ ਪਾਲਕ ਔਰ 600-700 ਗ੍ਰਾਮ ਕੇ ਕਰੀਬ ਸਰਸੋਂ ਲੈਣੀ ਹੈ। ਸਰਸੋਂ ਮੇਂ ਆਪਣੇ ਖਾਲੀ ਪੱਤੋਂ ਕਾ ਯੂਜ਼ ਨਹੀਂ ਕਰਨਾ ਹੈ, ਇਸਕੀ ਡੰਡੀਓ ਕੋ ਯਾਨੀ ਗੰਦਲੋਂ ਕੋ ਪੰਜਾਬੀਓ ਮੇਂ ਇਸੇ ਗੰਦਲੇ ਕਹਤੇ ਹੈ, ਉਸਕਾ ਵੀ ਯੂਜ਼ ਕਰਨਾ ਹੈ। ਜੈਸੇ ਇਹ ਥੋੜ੍ਹੀ ਸੀ ਮੈਨੇ ਸਰਸੋਂ ਲੀ ਹੈ, ਦੇਖੇ ਆਗੇ ਸੇ ਇਸਕੀ ਥੋੜ੍ਹੀ ਡੰਡੀਓ ਕੋ ਹਮ ਕਾਟ ਦੇਂਗੇ, ਬਾਕੀ ਕੀ ਇਹ ਜੋ ਡੰਡੀਆਂ ਹੈ ਇਨਕਾ ਵੀ ਯੂਜ਼ ਕਰੇਂਗੇ ਹਮ। ਅਬ ਉਨਕੋ ਵੀ ਮੈਨੇ ਅੱਛੀ ਤਰ੍ਹਾਂ ਸੇ ਧੋ ਕਰ ਕਾਟ ਲਿਆ ਔਰ ਬੀਚ ਮੇਂ ਮਿਕਸ ਕਰ ਦਿਆ ਹੈ। ਸਾਗ ਕੋ ਧੋਨਾ ਬਹੁਤ ਅੱਛੀ ਤਰ੍ਹਾਂ ਸੇ, ਇਸਮੇਂ ਮਿੱਟੀ ਬਹੁਤ ਹੋਤੀ ਹੈ। ਅਬ ਇਸਕੋ ਹਮ ਬੋਇਲ ਹੋਨੇ ਕੇ ਲੀਏ ਰੱਖੇਂਗੇ। ਗੈਸ ਪੇ ਮੈਨੇ ਕੁੱਕਰ ਰੱਖ ਲਿਆ ਹੈ ਔਰ ਗੈਸ ਔਨ ਕਰ ਦੀ ਹੈ। ਇਸਮੇਂ ਹਮ ਸਾਗ ਕੋ ਡਾਲੇਂਗੇ। 1.25 ਕਿਲੋ ਸਾਗ ਹੈ ਔਰ 3 ਲੀਟਰ ਕਾ ਕੁੱਕਰ ਹੈ, ਪਰ ਇਸਮੇਂ ਸਾਗ ਇੱਕ ਬਾਰ ਮੇਂ ਅੱਛੀ ਤਰ੍ਹਾਂ ਪੂਰਾ ਨਹੀਂ ਆਤਾ ਹੈ, ਤੋ ਆਪ ਇਸੇ ਥੋੜ੍ਹੀ ਦੇਰ ਤੱਕ ਰੱਖੇ ਰਹਿਣੇ ਦੇ ਗੈਸ ਪੇ। 2 ਮਿੰਟ ਬਾਅਦ ਹੀ ਆਪ ਦੇਖੇਂਗੇ ਸਾਗ ਨੀਚੇ ਸੇ ਗਲ ਜਾਏਗਾ ਔਰ ਜਗ੍ਹਾ ਬਣ ਜਾਏਗੀ ਕੁੱਕਰ ਮੇਂ। ਇਹ ਦੇਖੇ ਜਗ੍ਹਾ ਬਣ ਗਈ ਹੈ, ਇਸਮੇਂ ਅਬ ਸਾਗ ਪੂਰਾ ਆ ਜਾਏਗਾ। ਸਾਥ ਹੀ ਇਸਮੇਂ ਡਾਲ ਦੇਂਗੇ ਹਮ ਅਦਰਕ। ਇਹ ਤਕਰੀਬਨ 2 ਇੰਚ ਕਾ ਅਦਰਕ ਕਾ ਪੀਸ ਲਿਆ ਤਾਂ ਉਸੇ ਮੈਨੇ ਥੋੜ੍ਹਾ ਛੋਟਾ ਛੋਟਾ ਕਾਟ ਲਿਆ ਹੈ, ਇਹ ਡਾਲ ਦੇਂਗੇ ਔਰ ਡਾਲੇਂਗੇ ਹਰੀ ਮਿਰਚ। ਹਰੀ ਮਿਰਚ ਕੋ ਆਪ ਆਪਣੇ ਟੇਸਟ ਕੇ ਅਕੋਰਡਿੰਗ ਡਾਲ ਲੇ, ਪਰ ਇਸਮੇਂ ਹਮ ਲਾਲ ਮਿਰਚ ਕਾ ਯੂਜ਼ ਨਹੀਂ ਕਰੇਂਗੇ, ਇਸ ਲਈ ਮੈਨੇ 6 ਹਰੀ ਮਿਰਚ ਡਾਲੀ ਹੈ ਔਰ ਡਾਲੇਂਗੇ 1.5 ਕੱਪ ਪਾਣੀ। ਅਬ ਹਮ ਕੁੱਕਰ ਕਾ ਢੱਕਣ ਬੰਦ ਕਰ ਦੇਂਗੇ ਔਰ ਤੇਜ਼ ਗੈਸ ਪਰ 1 ਵਿਸਲ ਆਨੇ ਦੇਂਗੇ। 1 ਵਿਸਲ ਆ ਜਾਏਗੀ ਤੋ ਗੈਸ ਕੋ ਹਮ ਸਿਮ ਕਰ ਦੇਂਗੇ ਔਰ ਆਧੇ ਘੰਟੇ ਕੇ ਲਈ ਸਿਮ ਗੈਸ ਪੇ ਹਮ ਇਸੇ ਪਕਨੇ ਦੇਂਗੇ। ਆਧੇ ਘੰਟੇ ਕੇ ਬਾਅਦ ਹਮ ਗੈਸ ਕੋ ਬੰਦ ਕਰ ਦੇਂਗੇ ਔਰ ਜਬ ਕੁੱਕਰ ਠੰਡਾ ਹੋ ਜਾਏਗਾ ਇਸਮੇਂ ਸੇ ਹਵਾ ਨਿਕਲ ਜਾਏਗੀ ਤੋ ਇਸੇ ਹਮ ਖੋਲ ਲੇਂਗੇ। ਇਹ ਦੇਖੇ ਸਾਗ ਅੱਛੀ ਤਰ੍ਹਾਂ ਸੇ ਬੋਇਲ ਹੋ ਚੁੱਕਾ ਹੈ। ਅਬ ਇਸਮੇਂ ਹਮ ਡਾਲੇਂਗੇ ਤਕਰੀਬਨ 3 ਟੀਸਪੂਨ ਮੱਕੀ ਕਾ ਆਟਾ, ਇਸੇ ਹਮ ਆਲਨ ਕਹਤੇ ਹੈ। ਇਸਕੋ ਡਾਲਨੇ ਸੇ ਸਾਗ ਮੇਂ ਟੇਸਟ ਵੀ ਅੱਛਾ ਆਤਾ ਹੈ ਔਰ ਸਾਗ ਮੇਂ ਥਿਕਨੈਸ ਵੀ ਆਤੀ ਹੈ ਔਰ ਇਸੇ ਹਮ ਪੀਸ ਲੇਂਗੇ। ਪੀਸਨੇ ਕੇ ਲਈ ਮੈਂ ਹੈਂਡ ਮਿਕਸੀ ਕਾ ਯੂਜ਼ ਕਰ ਰਹੀ ਹੂੰ। ਇਸਕੋ ਜ਼ਿਆਦਾ ਨਹੀਂ ਪੀਸਣਾ ਹੈ, ਚਟਨੀ ਕੀ ਤਰ੍ਹਾਂ ਨਹੀਂ ਕਰਨਾ ਹੈ, ਥੋੜ੍ਹਾ ਮੋਟਾ ਮੋਟਾ ਰੱਖਣਾ ਹੈ। ਅਬ ਇਹ ਪੀਸ ਗਿਆ, ਇਹ ਦੇਖੇ ਇਤਨਾ ਮੋਟਾ ਰੱਖਣਾ ਹੈ ਹਮਨੇ ਇਸੇ। ਅਬ ਕੁੱਕਰ ਕੋ ਹਮ ਗੈਸ ਪੇ ਰੱਖ ਦੇਂਗੇ, ਢੱਕ ਕਰ ਸੇਮ ਗੈਸ ਰੱਖ ਲੇਂਗੇ। 5-7 ਮਿੰਟ ਤੱਕ ਇਸੇ ਪਕਨੇ ਦੇਂਗੇ ਤਾਂਕਿ ਇਸਮੇਂ ਮੱਕੀ ਕਾ ਆਟਾ ਜੋ ਡਾਲਾ ਹੈ ਉਹ ਵੀ ਪੱਕ ਜਾਏ। ਤਬ ਤੱਕ ਹਮ ਤੜਕੇ ਕੀ ਤਿਆਰੀ ਕਰ ਲੇਤੇ ਹੈ। ਤੜਕਾ ਲਗਾਨੇ ਕੇ ਮੈਨੇ 2-3 ਟੇਬਲ ਸਪੂਨ ਕੇ ਕਰੀਬ ਦੇਸੀ ਘੀ ਲਿਆ ਹੈ, ਸਾਥ ਹੀ ਲਿਆ ਹੈ ਇਹ ਮੈਨੇ 5 ਦੇਸੀ ਟਮਾਟਰ ਲੀਏ ਹੈ, ਇਨਕੋ ਕੱਦੂਕਸ ਕਰ ਲਿਆ, ਆਪ ਚਾਹੇ ਤੋ ਕਾਟ ਵੀ ਸਕਤੇ ਹੈ, ਪਰ ਆਪ ਦੇਸੀ ਟਮਾਟਰ ਕਾ ਹੀ ਯੂਜ਼ ਕਰੇ। ਸਾਥ ਹੀ ਲੀਏ 10-15 ਲਹਿਸੁਨ ਕੀ ਕਲੀਆਂ ਜਿਸਕੋ ਬਾਰੀਕ ਕਾਟ ਲਿਆ ਹੈ, ਨਮਕ ਸਵਾਦ ਅਨੁਸਾਰ ਲੈ ਲੇ ਔਰ ਗਰਮ ਮਸਾਲਾ 1 ਟੀਸਪੂਨ, ਜ਼ਿਆਦਾ ਮਸਾਲੋ ਕਾ ਇਸਮੇਂ ਯੂਜ਼ ਨਹੀਂ ਹੋਤਾ ਹੈ। ਅਬ ਕੜਾਈ ਮੇਂ ਹਮ ਦੇਸੀ ਘੀ ਡਾਲ ਲੇਂਗੇ। ਜਬ ਘੀ ਗਰਮ ਹੋ ਜਾਏਗਾ ਤੋ ਇਸਮੇਂ ਹਮ ਲਹਿਸੁਨ ਡਾਲੇਂਗੇ, ਗੈਸ ਕੀ ਫਲੇਮ ਹਮ ਮੀਡੀਅਮ ਰੱਖ ਲੇਂਗੇ। ਅਬ ਇਸਮੇਂ ਹਮ ਲਹਿਸੁਨ ਡਾਲ ਦੇਂਗੇ, ਲਹਿਸੁਨ ਕੋ ਹਮ ਗੋਲਡਨ ਬਰਾਊਨ ਕਰੇਂਗੇ। ਲਹਿਸੁਨ ਗੋਲਡਨ ਬਰਾਊਨ ਹੋ ਗਿਆ ਹੈ, ਅਬ ਇਸਮੇਂ ਹਮ ਡਾਲ ਦੇਂਗੇ ਟਮਾਟਰ। ਟਮਾਟਰੋ ਕੋ ਹਮਨੇ ਗਲਾਨਾ ਹੈ ਅੱਛੀ ਤਰ੍ਹਾਂ ਸੇ। ਅਬ ਟਮਾਟਰ ਗਲ ਗਏ ਹੈ ਔਰ ਘੀ ਵੀ ਅਲੱਗ ਹੋ ਗਿਆ ਹੈ। ਅਬ ਇਸਮੇਂ ਡਾਲ ਲੇਂਗੇ ਨਮਕ ਔਰ ਗਰਮ ਮਸਾਲਾ ਔਰ ਇਨਕੋ ਮਿਕਸ ਕਰ ਲੇਂਗੇ ਕੁਛ ਸੈਕਿੰਡ ਕੇ ਲਈ ਤਾਂ ਕਿ ਇਹ ਵੀ ਪੱਕ ਜਾਏ ਅੱਛੀ ਤਰ੍ਹਾਂ ਔਰ ਸਾਗ ਮਿਕਸ ਕਰ ਦੇਂਗੇ। ਅਬ ਸਾਗ ਮੈਨੇ ਡਾਲ ਦਿਆ ਹੈ ਤਾਂ ਇਸੇ ਅੱਛੀ ਤਰ੍ਹਾਂ ਸੇ ਮਿਕਸ ਕਰੇਂਗੇ ਤਾਂ ਕਿ ਤੜਕਾ ਅੱਛੀ ਤਰ੍ਹਾਂ ਸੇ ਇਸਮੇਂ ਮਿਕਸ ਹੋ ਜਾਏ।
आप इसके साथ मक्की की रोटी खाएं, बहुत ही टेस्टी लगती है। मक्की की रोटी की रेसिपी भी आप मेरे चैनल पर देख सकते हैं, इसका लिंक मैं डिस्क्रिप्शन बॉक्स में दे दूंगी। अब गैस को मीडियम करके ढककर इसे 5 मिनट तक पका लेंगे। इसको ढकना इस समय बहुत ज़रूरी है, नहीं तो इसमें से छींटे उड़ते हैं बहुत। 5 मिनट हो गए हैं, देखें साग हमारा बिल्कुल तैयार हो गया है। गैस को हम बंद कर देंगे और इसे सर्विंग बाउल में निकाल लेंगे। ये मैंने इसे सर्विंग बाउल में निकाल लिया है, ऊपर से डाल दिया है मक्खन। मक्खन के साथ इसका टेस्ट बहुत अच्छा आता है, साथ में आप खाएं मक्की की रोटी। आप इसे घर पर ज़रूर ट्राई करें, बहुत टेस्टी बनता है। तो अपना फीडबैक भी दें, अगर आपको मेरी रेसिपी पसंद आई हो तो आप इसे अपनी फैमिली और फ्रेंड्स के साथ शेयर ज़रूर करें। अगली बार फिर मिलेंगे एक नई वीडियो के साथ। थैंक यू फॉर वॉचिंग।